ਆਪਣੇ ਸਾਰਿਆਂ ਦੇ ਮਨਾਂ 'ਚ ਇੱਕ ਸਵਾਲ ਆਉਂਦਾ ਹੈ, ਇੱਥੇ ਵੀ ਹੁਣ ਇਹ ਸਵਾਲ ਪੁੱਟ ਅਪ ਹੋਇਆ ਕਿ ਸਾਰੇ ਪਾਗਲਾਂ ਨੂੰ ਗੁਰੂ ਘਰ ਹੀ ਲੱਭਦੇ ਨੇ ਬੇਦਬੀ ਕਰਨ ਨੂੰ, ਹੁੰਦਾ ਨਾ ਭੈਣਾ? ਆਉਂਦਾ ਸਾਰੇ ਵੀਰਾਂ ਨੂੰ, ਸਿੰਘ ਸਾਹਿਬ ਤੱਕ ਹਰ ਸਿੱਖ ਦਾ ਹਿਰਦਾ ਉਸ ਵੇਲੇ ਬਲੁੰਦਰਿਆ ਜਾਂਦਾ ਜਦੋਂ ਕੇਸਗੜ੍ਹ ਸਾਹਿਬ ਦੀ ਗੱਲ ਵੀ ਸਟੇਜ 'ਤੇ ਹੋਈ, ਅਸੀਂ ਉੱਥੇ ਵੀ ਸੀਗੇ ਉਸ ਵੇਲੇ ਵੀ ਸਾਰਾ ਕੁਛ। ਚਲੋ, ਮਸਲਾ ਇਹ ਹੈ ਕਿ ਪਾਗਲ ਉਹ ਨਹੀਂ, ਪਾਗਲ ਸਾਨੂੰ ਬਣਾਇਆ ਜਾ ਰਿਹਾ। ਇੱਕ ਗੱਲ ਸਿੰਘ ਸਾਹਿਬ ਜੀ ਸਪਸ਼ਟ ਰੂਪ 'ਚ ਸਾਹਮਣੇ ਆਈ ਹੈ, ਮਖੂ ਦੇ ਲਾਗੇ ਬੇਅਦਬੀ ਹੋਈ ਜਿਹੜੀ ਪਿੱਛੇ ਬੰਡਾਲੇ, ਉੱਥੇ ਜਦੋਂ ਉਹਨੂੰ ਪੁੱਛਿਆ ਕਿ ਤੈਨੂੰ ਕਿੰਨੇ ਘੱਲਿਆ, ਉਹ ਕਹਿੰਦਾ ਭੂਆ ਨੇ। ਇਹ ਔਨ ਰਿਕਾਰਡ ਆ, ਮੇਰੇ ਕੋਲ ਮੂਵੀ ਵੀ ਹੈਗੀ ਆ। ਹੁਣ ਇੱਕ ਤਾਂ ਰਿਸ਼ਤੇਦਾਰੀ ਦੀ ਭੂਆ ਹੁੰਦੀ ਹੈ, ਇੱਕ ਉਸ ਇਲਾਕੇ ਦੇ ਵਿੱਚ ਜਿਹੜੀ ਧਰਮ ਪਰਿਵਰਤਨ ਕਰਵਾ ਰਹੀ ਹੈ ਨਾ ਬੀਬੀ, ਉਹਨੂੰ ਵੀ ਭੂਆ ਕਹਿੰਦੇ ਆ। ਇਹਨਾਂ ਦਾ ਨੈਟਵਰਕ ਬਣਿਆ ਹੋਇਆ, ਇਹਨਾਂ ਦਾ ਨੈਟਵਰਕ ਪਿੰਡੋ ਪਿੰਡੀ, ਕੋਈ ਮਾੜਾ ਜਿਹਾ ਬਿਮਾਰ ਪਏ ਚੱਲ ਉਹਦੇ ਘਰ, ਕਿਤੇ ਮਾੜੀ ਜਿਹੀ ਢਿੱਲ ਮੱਥ ਚੱਲ ਉਹਦੇ ਘਰ, ਆਹ ਤੇਰੀ ਭੂਆ ਕੋ ਅਰਦਾਸ ਕਰਾਉਂਦੇ। ਇਹ ਗੱਲ ਸਾਨੂੰ ਕਿਸੇ ਨੇ ਦੱਸੀ, ਜਿਹਨੂੰ ਉਹ ਭੂਆ ਦੇ ਚੇਲੇ ਕਹਿੰਦੇ ਸੀ, ਤੂੰ ਆ, ਕਿਸੇ ਗੁਰਸਿੱਖ ਪਰਿਵਾਰ ਦੀ ਬੀਬੀ ਨੇ ਸਾਨੂੰ ਇਹ ਸਾਰੀ ਕਹਾਣੀ ਦੱਸੀ। ਸੋ ਇਹ ਗੱਲ ਬੜੀ ਸਪਸ਼ਟ ਹੈ, ਮੈਂ ਮੰਗ ਕੇ ਟਾਈਮ ਲਿਆ, ਮੇਰਾ ਟਾਈਮ ਨਹੀਂ ਸੀਗਾ, ਮੈਂ ਮੰਗਿਆ ਟਾਈਮ ਕਿ ਜਾਣਕਾਰੀ ਕੌਮ ਦੇ ਕੋਲ ਜਾਣੀ ਚਾਹੀਦੀ ਹੈ। ਤੁਸੀਂ ਸਾਰੇ ਕੌਮ ਦੀ ਕਰੀਮ ਬੈਠੇ ਹੋ, ਆਪੋ ਆਪਣੇ ਪਿੰਡਾਂ 'ਚ, ਆਪਣੇ ਆਪਣੇ ਮੁਹੱਲਿਆਂ 'ਚ, ਆਪਣੇ ਆਪਣੇ ਪੱਤੀਆਂ ਦੇ ਵਿੱਚ, ਪਿੰਡਾਂ ਦੇ ਵਿੱਚ ਇਸ ਗੱਲ ਦਾ ਖਿਆਲ ਕਰੋ ਕਿ ਕਿਹੜਾ ਬਿਮਾਰ ਹੈ, ਕਿਹੜਾ ਡਿਪਰੈਸ਼ਨ ਦਾ ਮਰੀਜ਼ ਹੈ। ਉਹਦੇ ਮਗਰ ਕੋਈ ਲੱਗ ਤਾਂ ਨਹੀਂ ਗਿਆ, ਉਹਦੇ ਮਗਰ ਕੋਈ ਲੱਗ ਤਾਂ ਨਹੀਂ ਗਿਆ, ਮਗਰੋਂ ਤੋਂ ਵੀ ਵੇਖੋ, ਸਿੱਖਾਂ ਦੇ ਬੱਚੇ ਸਾਡੀਆਂ ਜੁੱਤੀਆਂ ਤੇ ਸਾਡਾ ਹੀ ਸਿਰ, ਉਹਨਾਂ ਦੀ ਸ਼ਰਜੰਤਰ ਵੇਖੋ ਕਿੱਥੇ ਤੱਕ ਆ। ਸਿੱਖਾਂ ਦੇ ਘਰਾਂ ਦੇ ਵਿੱਚੋਂ ਐਡਾ ਕੁ ਬੱਚਾ, ਉਹ ਇੱਕ ਮਹਿਤੇ ਦੇ ਲਾਗੇ ਜਿਹੜਾ ਰੋਜ਼ ਗੁਰਦੁਆਰੇ ਆਉਂਦੇ ਆ, ਉਹਨੂੰ ਕਿੱਦਾਂ ਵਰਗ ਲਾਇਆ? ਕਿਉਂਕਿ ਪੁਲਿਸ ਸਾਡੇ ਕੋਲ ਨਹੀਂ, ਸਾਡੇ ਕੋਲ ਕੋਈ ਅਖਤਿਆਰ ਨਹੀਂ, ਜਿਸ ਗੱਲ ਦੀ ਆਪਾਂ ਗੱਲ ਕਰਦੇ ਪਏ ਹਾਂ, ਰਾਜ ਦੀ, ਰਾਜ ਸਾਡੇ ਕੋਲ ਹੁੰਦਾ ਤੇ ਅਸੀਂ ਕੱਢ ਲੈਂਦੇ ਵੀ ਕਿਹੜਾ ਇਹਨਾਂ ਦੇ ਪਿੱਛੇ ਆ। ਸੋ ਘੱਟੋ ਘੱਟ ਆਪਣੇ ਗੁਰੂ ਘਰ ਬਚਾ ਲਈਏ ਆਪਣੇ। ਮੈਂ ਬੇਨਤੀ ਕਰਦਾ ਇਸ ਵੇਲੇ ਮੀਡੀਆ ਵੀ ਮੈਨੂੰ ਸੁਣਦਾ ਪਿਆ, ਆਪੋ ਆਪਣੇ ਜਿਨ੍ਹਾਂ ਦੇ ਬੱਚੇ ਇੱਦਾਂ ਦੇ ਬਿਮਾਰ ਨੇ, ਉਹ ਆਪਣੇ ਬੱਚੇ ਸਾਂਭ ਲਓ। ਫਿਰ ਬੰਡਾਲੇ ਵਾਲੀ ਗੱਲ ਹੋ ਜਾਂਦੀ ਹੈ ਤੇ ਫਿਰ ਕਹਿੰਦੇ ਸਾਡਾ ਪੁੱਤ ਮਾਰਤਾ, ਉਹ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਨਹੀਂ ਹੋਇਆ, ਉਹ ਸਾਡਾ ਕੀ ਲੱਗਿਆ? ਸੋ ਸੰਗਤ ਜੀ, ਇਹੀ ਬੇਨਤੀ ਕਰਨ ਵਾਸਤੇ ਮੈਂ ਮੰਗ ਕੇ ਸਮਾਂ ਲਿਆ ਸੀ ਕਿ ਸਾਡੇ ਆਲੇ ਦੁਆਲੇ ਬੜੇ ਬੜੇ ਵੱਡੇ ਨੈਟਵਰਕ ਬਣੇ ਜੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਕਰਾਉਣ ਲਈ, ਕਿਉਂਕਿ ਬੋਲਣ ਨੂੰ ਤਾਂ ਬਹੁਤ ਕੁਝ ਹੈ, ਪਿਛਲੇ 12-14 ਸਾਲਾਂ ਤੋਂ ਟੀਵੀ ਤੇ ਬੋਲੀ ਜਾ ਰਿਹਾ, ਪਰ ਗੱਲ ਇਹ ਆ ਕਿ ਸਮਾਂ ਤੁਹਾਡਾ ਸਾਰਿਆਂ ਦਾ ਬਹੁਤ ਕੀਮਤੀ ਹੈ। ਇੱਕੋ ਹੀ ਗੱਲ ਜੇ ਕਿ ਜਦੋਂ ਤੱਕ ਅਸੀਂ ਉਹਨਾਂ ਦਾ ਨੈਟਵਰਕ ਨਾ ਤੋੜਿਆ। ਇੱਕ ਆਖਰੀ ਗੱਲ, ਇੱਕ ਸਿੰਘ ਭਾਈ ਸਾਹਿਬ ਦੇ ਨਾਲ ਮੇਰੀ ਗੱਲ ਹੋਈ ਪਿੱਛੇ, ਉਹ ਕਹਿੰਦੇ ਸਾਡੇ ਪਿੰਡ ਦਾ ਇੱਕ ਗੁਰਸਿੱਖ ਪਰਿਵਾਰ ਸੀ, ਉਹਨੂੰ ਵਰਗਲਾਉਣਾ ਸ਼ੁਰੂ ਕੀਤਾ, ਕਹਿੰਦਾ ਚਲੋ ਅਸੀਂ ਆਪਣਾ, ਵੇਖੋ ਆਪਣਾ ਘਰ ਵੀ ਸਾਂਭਣਾ ਹੁੰਦਾ, ਕਹਿੰਦੇ ਅਸੀਂ ਪਹਿਲਾਂ ਤਾਂ ਆਪਣੇ ਉਹ ਸਿੱਖ ਦੇ ਘਰ ਗਏ, ਉਹ ਵੀ ਮੁਸੀਬਤ, ਚਲੋ ਉਹਦਾ ਅਸੀਂ ਕਹਿੰਦੇ ਅਸੀਂ ਹੱਲ ਕੀਤਾ, ਪਰ ਕਹਿੰਦੇ ਉਸ ਤੋਂ ਬਾਅਦ ਅਸੀਂ ਕੀ ਕੀਤਾ, ਅਸੀਂ 4-5 ਸਿੰਘ ਇਕੱਠੇ ਹੋ ਗਏ, ਉਹ ਜਿਹੜਾ ਉਹਨੂੰ ਵਰਗਲਾਉਂਦਾ ਸੀ ਨਾ ਵੀ ਤੂੰ ਧਰਮ ਪਰਿਵਰਤਨ ਕਰਕੇ ਇੱਧਰ ਆ ਜਾ, ਕਹਿੰਦੇ ਅਸੀਂ ਉਹਦੇ ਰਾਤ ਉਹਦੇ ਘਰ ਚਲੇ ਗਏ, ਉਹਨੂੰ ਪੰਜਾਬੀ 'ਚ ਸਮਝਾ ਦਿੱਤਾ ਵੀ ਆਹ ਕੰਮ ਕਰਕੇ ਬੰਦ ਕਰ ਦੇ। ਤੇ ਜੇ ਪੰਜਾਬ ਦੇ ਵਿੱਚ ਵੇਖੋ, ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਪਰ ਜੇ ਕੋਈ ਪੰਜਾਬ 'ਚ ਕਹੇ ਕਿ ਗੁਰੂ ਸਿੱਖ ਗੁਰੂ ਸਾਹਿਬਾਂ ਦੇ ਸ਼ੈਤਾਨ ਹੈ, ਤੇ ਫਿਰ ਉਹ ਸਾਡਾ ਕੁਝ ਨਹੀਂ ਜੇ ਲੱਗਦਾ। ਤੇ ਇਹ ਸਾਰਾ ਕੁਝ ਹੋ ਰਿਹਾ ਪੰਜਾਬ ਦੇ ਵਿੱਚ, ਇਹ ਕੰਨਾਂ 'ਚ ਫੂਕਾਂ ਮਾਰੀਆਂ ਜਾ ਰਹੀਆਂ ਨੇ। ਸਾਡੇ ਬਹੁਤ ਸਾਰੇ ਕਾਰਜ ਨੇ, ਸੋ ਇਹ ਆਪਾਂ ਸਾਰਿਆਂ ਨੇ ਕਰਨੇ ਆ। ਤੇ ਖਾਲਸਾ ਰਾਜ ਦਾ ਮੈਨੂੰ ਇੱਕ ਸਕੂਨ ਇਸ ਗੱਲ ਦਾ ਕਿ ਜਿਹੜਾ ਬੇਗਮਪੁਰਾ ਨਾਂ ਆ, ਇਹ ਭਗਤ ਰਵਿਦਾਸ ਜੀ ਦੀ ਬਾਣੀ ਦੇ ਵਿੱਚ ਆਇਆ, ਸਾਡੀ ਇਹੀ ਸਭ ਤੋਂ ਵੱਡੀ ਖੂਬਸੂਰਤੀ ਹੈ। ਸੋ ਸੰਗਤ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਤੇ 96 ਕਰੋੜੀ ਖਾਲਸਾ। ਕੋਈ ਸਮਾਂ ਸੀ ਜਦੋਂ ਕਦੇ ਗੱਲ ਕਰਦੇ ਹੁੰਦੇ ਸੀਗੇ ਨਾ,
ਤੇ ਲੋਕੀ ਹੱਸਦੇ ਹੁੰਦੇ ਸੀ ਵੀ 96 ਕਰੋੜ ਕਿੱਥੋਂ ਬਣ ਜਾਣੇ ਆ, ਵੇਖ ਲਓ ਕਲਾ ਵਰਤਦੀ ਪਈ ਗੁਰੂ ਕਲਗੀਧਰ ਪਾਤਸ਼ਾਹ ਦੀ ਉਹ ਦੱਖਣ। ਸੋਨਾ ਸ਼ਹੀਦਾਂ ਦੇ ਨਾਂ ਤੇ ਆਖਰ ਦੇ ਵਿੱਚ ਇੱਕ ਜਕਾਰਾ, ਜਿਨ੍ਹਾਂ ਨੇ ਜ਼ਿੰਦਗੀ ਕੌਮ ਦੇ ਧਰਮ ਦੇ ਨਾਂ ਤੇ ਲਾਈ ਆ, ਉਹਨਾਂ ਦੇ ਵਾਸਤੇ ਇੱਕ ਜਕਾਰਾ ਬੁਲਾ ਕੇ ਮਾਫੀ ਮੰਗਾਂਗਾ। ਬੋਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।